ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸਦੇ ਲਾਈਵ ਹੋਏ ਆ ਜਲੰਧਰ ਦੇ ਘਰ ਮੰਡੀ ਚੁੰਗੀ ਦੇ ਕੋਲੋਂ, ਜਿੱਥੇ ਦਿਨ ਦਿਹਾੜੇ ਇੱਕ ਯੁਵਕ ਜੀ ਜਲੰਧਰ ਟਾਈਮ ਦੇ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦਾ। ਮੈਂ ਸਾਜਨ, ਅੱਜ ਅਸੀਂ ਆਏ ਆ ਘਾਹ ਮੰਡੀ ਚੁੰਗੀ ਦੇ ਕੋਲ ਸ਼ਿਵਪੁਰੀ ਦੇ ਬਾਹਰ, ਸ਼ਿਵਪੁਰੀ ਦੇ ਬਾਹਰ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਜਿਹੜੀ ਇੱਕ ਵਿਅਕਤੀ ਤੋਂ ਲੁੱਟ ਖੋ ਕੀਤੀ ਗਈ ਆ। ਸੋ ਦੋ ਵਿਅਕਤੀ ਆਉਂਦੇ ਨੇ ਐਕਟਿਵਾ ਦੇ ਉੱਤੇ, ਸੋ ਉਹਨਾਂ ਤੋਂ ਜਿਹੜੀ ਮੋਬਾਈਲ ਵਗੈਰਾ ਖੋ ਲਏ ਜਾਂਦੇ ਨੇ। ਜਿਹੜਾ ਸਾਹਮਣੇ ਸ਼ਖਸ ਬੈਠਾ ਇਹਦੇ ਕੋਲੋਂ ਜਿਹੜੇ ਦੋ ਮੋਬਾਈਲ ਅਤੇ ਇਹਨਾਂ ਤੋਂ ਪਰਸ ਵਗੈਰਾ ਜਿਹੜਾ ਖੋ ਕੇ ਲੈ ਗਏ ਨੇ। ਸੋ ਆਪਾਂ ਇਹਨਾਂ ਤੋਂ ਮੈਂ ਮਾਰਕੀਟ ਕਰਕੇ ਜਾਂਦਾ ਪਿਆ ਸੀ, ਬੈਂਕ ਦੇ ਰਸਤੇ ਤਿੰਨ ਮੁੰਡੇ ਆਏ ਅਤੇ ਫਲੈਟ ਦੇ ਪਤਾ ਨਹੀਂ ਲੱਗਾ ਭਾਈ, ਮੈਨੂੰ ਪਿੱਛੋਂ ਫੜ ਕੇ ਉਹਨਾਂ ਨੇ ਪੇੜਾ ਪੂੜਾ ਮਾਰੀਆਂ, ਠੀਕ ਨੇ, ਕਿਰਪਾਨ ਦਿਖਾਈ ਉਹਨਾਂ ਨੇ, ਬੰਦੂਕ ਦਿਖਾਈ ਮੈਨੂੰ ਉਹਨਾਂ ਨੇ, ਅਤੇ ਮੇਰਾ ਬੈਗ ਵੀ ਖੋਲਿਆ ਉਹਨਾਂ ਨੇ, ਮੇਰਾ ਮੋਬਾਈਲ ਵੀ ਖੋਲਿਆ ਉਹਨਾਂ ਨੇ, ਅਤੇ ਪੇੜਾ ਵੀ ਮਾਰੀ ਲਈ ਮੈਂ। ਕਿੰਨੇ ਪੈਸੇ ਸੀਗਾ ਜੀ? ਭਾਈ 70-80 ਹਜ਼ਾਰ ਰੁਪਇਆ ਹੈਗਾ ਜੀ। ਅਤੇ ਬੈਗ 'ਚ ਹੋਰ ਵੀ ਕੁਛ ਸੀਗਾ? ਭਾਈ ਮੇਰੇ ਡਾਕੂਮੈਂਟ ਵਗੈਰਾ ਸੀ ਬੈਗ। 70-80 ਹਜ਼ਾਰ ਰੁਪਏ ਲੈ ਕੇ ਕਿੱਥੇ ਜਾ ਰਹੇ ਸੀ ਜੀ? ਭਾਈ ਬੈਂਕ 'ਚ ਜਾਂਦੇ ਵੀ ਕੈਸ਼ ਜਮ੍ਹਾਂ ਕਰਾਉਣਾ ਜੀ, ਏਅਰਟੈਲ ਦੀ ਕਲੈਕਸ਼ਨ ਸੀ, ਮੈਂ ਏਅਰਟੈਲ ਕੰਪਨੀ 'ਚ ਕੰਮ ਕਰਦਾ। ਓਕੇ, ਤੁਸੀਂ ਆਏ ਕਿੱਧਰੋਂ ਸੀਗੇ? ਭਾਈ ਇੱਧਰੋਂ ਆਏ ਜੀ, ਕੋਰਟ ਸੀ ਬੋਲੋ। ਓਕੇ, ਕੋਰਟ ਸੇ ਦੀ ਤੋਂ। ਓਕੇ, ਜਿੱਥੇ ਤੁਸੀਂ ਸੀਗੇ? ਹਾਂਜੀ, ਕਾਹਦੇ 'ਤੇ ਸੀਗੇ? ਉਹ ਪਲੈਟੀਨਮ ਭਾਈ ਮੋਟਰਸਾਈਕਲ। ਕਿੰਨੇ ਜਣੇ ਸੀ? 3 ਜਣੇ ਸੀ ਭਾਈ, ਲੰਬੇ ਲੰਬੇ ਸੀਗੇ ਯਾਰ। ਮੋਟਰਸਾਈਕਲ ਦਾ ਨੰਬਰ ਵਗੈਰਾ ਕੋਈ ਨੋਟ ਕੀਤਾ? ਸ਼ਕਲਾਂ ਵਗੈਰਾ ਕੁਛ ਲਿਖੀਆਂ? ਇਹ ਮੋਬਾਈਲ ਵੀ ਤੁਹਾਡੇ ਲੱਗੇ ਨੇ? ਮੋਬਾਈਲ ਕਿਹੜੇ ਕੰਪਨੀ? ਮੋਬਾਈਲ ਮੇਰਾ ਵੀਵੋ ਦਾ ਸੀਗਾ ਜੀ ਭਾਈ, ਇੱਕ ਹੋਨਰ ਦਾ ਸੀਗਾ, ਦੋਨੋਂ ਲੈ ਕੇ ਗਏ। ਕਿੱਥੇ ਕਰਕੇ ਰੋਕਿਆ ਤੁਹਾਨੂੰ ਭਾਈ? ਸਾਹਮਣੇ ਸਾਹਮਣੇ। ਕਿੰਨੀ ਕੁ ਦੇਰ ਹੋ ਗਈ ਸਰ ਤੁਹਾਡੇ ਵਾਰ ਦਾ? ਕੋਈ ਨਹੀਂ ਭਾਈ, ਹੋ ਗਿਆ ਹੁਣ ਘੰਟਾ, ਅੱਧਾ ਘੰਟਾ ਹੋ ਗਿਆ। ਅਤੇ ਪੁਲਿਸ ਨੂੰ ਮੌਕੇ 'ਤੇ ਫੋਨ ਕੀਤਾ ਸੀਗਾ? ਭਾਈ ਪੁਲਿਸ ਨੂੰ ਹਾਲੇ ਮੈਂ ਤਾਂ ਕੋਈ ਨਹੀਂ ਮੌਕੇ ਫੋਨ ਕੀਤਾ, ਮੈਂ ਹਜੇ ਕਿਸੇ ਨੂੰ ਬੋਲਿਆ। ਅਤੇ ਤੁਸੀਂ ਆਪਣੇ ਮਾਲਕਾਂ ਨੂੰ ਫੋਨ ਕੀਤਾ ਕਿ ਮੇਰੇ ਪੈਸੇ ਇੱਦਾਂ ਚੋਰੀ ਹੋ ਗਏ ਜਾਂ ਕੋਈ ਲੁੱਟ ਕੇ ਲੈ ਗਿਆ? ਮਾਲਕ ਨੂੰ ਫੋਨ ਕਰਦਾ? ਮਾਲਕ ਪਹੁੰਚ ਗਿਆ ਤੁਹਾਡੇ? ਹਾਂਜੀ ਪਹੁੰਚ ਗਏ। ਅਤੇ ਪੁਲਿਸ ਪਹੁੰਚੀ ਨਹੀਂ ਹਜੇ ਤੱਕ? ਨਹੀਂ, ਪੁਲਿਸ ਨਹੀਂ ਪਹੁੰਚੀ ਭਾਈ। ਕਿੰਨਾ ਟਾਈਮ ਹੋ ਗਿਆ? ਭਾਈ ਘੰਟਾ, ਅੱਧਾ ਘੰਟਾ ਹੋ ਗਿਆ। ਸ਼ਕਲਾਂ ਦੇਖੀਆਂ? ਸ਼ਕਲਾਂ ਜਾਣੀਆਂ ਪਛਾਣੀਆਂ ਸੀਗੀਆਂ? ਚਪੇੜਾਂ ਮਾਰੀਆਂ ਰੋਕ ਕੇ ਪਹਿਲਾਂ ਪਿੱਛੇ ਕਰਦੇ ਆ ਰਹੇ ਸੀਗੇ, ਤੁਸੀਂ ਦੇਖਿਆ ਸੀ ਉਹਨਾਂ ਨੂੰ ਪਹਿਲਾਂ ਪਿੱਛੇ ਤੁਹਾਡੇ ਕਰਦੇ ਨਾਲ? ਤੁਹਾਨੂੰ ਲੱਗਿਆ ਨਹੀਂ ਕੋਈ ਪਿੱਛੇ ਆ ਰਿਹਾ ਤੁਹਾਡੇ ਜਾਂ ਕੁਛ ਏਦਾਂ ਦਾ? ਮੈਨੂੰ ਲੱਗਾ ਇੱਥੇ ਤੱਕ ਲੱਗਾ ਜੀ, ਬਾਅਦ ਫੜਾ ਲਈ ਉਹਨੂੰ ਫੜ ਲਿਆ ਭਾਈ। ਪੁਲਿਸ ਨੂੰ ਫੋਨ ਕੀਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਅੱਧਾ ਘੰਟਾ ਹੋ ਗਿਆ। ਸੋ ਪੁਲਿਸ ਜਿਹੜੀ ਤਸਵੀਰ, ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ। ਸੋ ਦੱਸਦੀਏ ਇਹ ਜਿਹੜੀ ਵਾਰਦਾਤ ਆ, ਵਾਰਦਾਤ ਨੂੰ ਦੋ ਲੋਕਾਂ ਵੱਲੋਂ ਜਿਹੜਾ ਇੰਜਾਮ ਦਿੱਤਾ ਗਿਆ, ਸੋ ਉਹਨਾਂ ਵੱਲੋਂ ਜਿਹੜੇ ਵਿਅਕਤੀ ਦੇ ਥੱਪੜ ਵਗੈਰਾ ਜਿਹੜੇ ਮਾਰੇ ਗਏ ਨੇ, ਸੋ ਚਪੇੜਾ ਮਾਰ ਕੇ ਇਹਨਾਂ ਤੋਂ ਜਿਹੜਾ ਕੈਸ਼ ਸੀਗਾ 70-80 ਹਜ਼ਾਰ ਰੁਪਈਏ ਦਾ ਕੈਸ਼ ਸੀਗਾ, ਸੋ ਕੈਸ਼ ਵੀ ਖੋਲਿਆ ਗਿਆ ਅਤੇ ਦੋ ਫੋਨ ਜਿਹੜੇ ਖੋਲੇ ਗਏ ਨੇ। ਸੋ ਇੱਥੇ ਜਿਹੜੇ ਮੌਕੇ 'ਤੇ ਪੁਲਿਸ ਅਧਿਕਾਰੀ ਜਿਹੜੇ ਲੁੱਟ ਖੋਹ ਦੀਆਂ ਵਾਰਦਾਤਾਂ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਵੱਧਦੀਆਂ ਜਾ ਰਹੀਆਂ ਨੇ। ਆਏ ਦਿਨ ਲੁੱਟ ਖੋਹ ਨੂੰ ਅੰਜਾਮ ਦਿੱਤਾ ਜਾ ਰਿਹਾ, ਸੋ ਲੋਕਾਂ ਵੱਲੋਂ ਜਿਹੜਾ ਕੈਮਰਾ ਪਿੱਛੇ ਕਰੋ ਯਾਰ। ਹੱਥ ਪਿੱਛੇ ਕਰੀ
ਲਾਸਟ ਭਾਜੀ ਤੁਸੀਂ ਹੁਣ ਆਏ ਕਿੱਥੋਂ ਸੀਗੇ ਇਸ ਟਾਈਮ ਇਸ ਟਾਈਮ ਕਿੰਨਾ ਰਿਹਾ ਵਾ ਭਾਮ ਦੀ ਚੁੰਗੀ ਤੋਂ ਕਿਹੜੀ ਦੁਕਾਨ ਤੋਂ ਆਏ ਸੀਗੇ ਆ ਗੋਲਡ ਆ ਭਾਈ ਸਰ ਬੈਂਕ ਤੋਂ ਪੈਸੇ ਤੁਸੀਂ ਕਢਾ ਕੇ ਆ ਰਹੇ ਸੀ ਜਾਂ ਜਮ੍ਹਾਂ ਕਰਾਉਣ ਜਾ ਰਹੇ ਸੀ ਹਾਂਜੀ ਜਮ੍ਹਾਂ ਤੇ ਜਿਹੜੇ ਤੁਸੀਂ ਪੈਸੇ ਜਿਹੜੇ ਇਹਨੇ ਪੈਸੇ ਲੈ ਕੇ ਆ ਰਹੇ ਸੀ ਉਹ ਜਮ੍ਹਾਂ ਕਰਾਉਣ ਜਾ ਰਹੇ ਸੀ ਜਾਂ ਕਢਾ ਕੇ ਲੈ ਕਲੈਕਸ਼ਨ ਦਾ ਕੰਮ ਸੀ ਬੈਂਕ ਜਾ ਰਹੇ ਸੀ ਜਮ੍ਹਾਂ ਕਰਾਉਣ ਜਾ ਰਹੇ ਕੋਈ ਪਹਿਲੀ ਤੁਹਾਡਾ ਕਿਸ ਚੀਜ਼ ਦਾ ਕੰਮ ਮੈਂ ਕਲੈਕਸ਼ਨ ਦਾ ਕੰਮ ਕਲੈਕਸ਼ਨ ਦਾ ਕੰਮ ਕਿਸ ਚੀਜ਼ ਦਾ ਕਲੈਕਸ਼ਨ ਮੈਂ ਇੰਟਲ ਕੰਪਨੀ ਦਾ ਕਲੈਕਸ਼ਨ ਹੈ ਪਹਿਲਾਂ ਵੀ ਕਦੇ ਉਹਨਾਂ ਨੇ ਤਾੜ ਰੱਖੀ ਹੋਵੇ ਕਦੇ ਲੱਗਾ ਹੋਵੇ ਮੇਰੇ ਪਿੱਛੇ ਕੋਈ ਆ ਰਿਹਾ ਕਿ ਤੁਸੀਂ ਡੇਲੀ ਕਲੈਕਸ਼ਨ ਕਰ ਰਹੇ ਹੋ ਡੇਲੀ ਦੀ ਕਿੰਨੀ ਕਲੈਕਸ਼ਨ ਕਰ ਰਹੇ ਹੋ ਡੇਲੀ ਕਰਨ ਦੀ 50 ਹੋ ਜਾਂਦੀ 60 ਹੋ ਜਾਂਦੀ ਅੱਜ ਪ੍ਰੈਜ਼ੈਂਟ ਕਿੰਨੇ ਸੀ 60 ਹੋ ਗਏ ਤੇ ਉਹ ਲੈ ਕੇ ਆਉਂ ਬੈਗ ਵਿੱਚ ਸਾਰਾ ਬਲਬ ਆਉਂ ਦੇ ਪੈਂਦੇ ਸੀ ਤੇ ਤੁਹਾਨੂੰ ਮਾਰਨਾ ਸ਼ੁਰੂ ਕੀਤਾ ਜਾਂ ਕੀ ਕਿਹਾ ਉਹਨਾਂ ਨੇ ਮੈਂ ਲਗਾ ਲਿਆ ਮੈਨੂੰ ਦੇਖ ਠੀਕ ਹੈ ਬਾਅਦ ਚੋਂ ਮੈਂ ਸਿਗੜ ਕੇ ਕੋਈ ਗੱਲ ਨਹੀਂ ਕੀਤੀ ਬਾਅਦ ਚੋਂ ਪਾਣ ਪਾਈ ਗਏ ਕਿ ਮੂੰਹ ਮਾਟ ਕੇ ਹੋਏ ਸੀ ਨਾ ਕਿਤੇ ਹੋਰ ਕੀ ਦਿਖਾਇਆ ਕਿਰਪਾਨਾ ਤੁਸੀਂ ਦੁੱਧ ਵੀ ਦਿਖਾਇਆ ਕਿੰਨੇ ਜਣੇ ਸੀ ਤਿੰਨ ਜਣੇ ਇੱਥੇ ਆਲੇ ਦੁਆਲੇ ਕੋਈ ਵੀ ਨਹੀਂ ਸੀ ਜੋ ਤੁਸੀਂ ਸੀ ਕੋਈ ਨਹੀਂ ਸੀ ਬਾਕੀ ਆਪਣੇ ਦੋਸਤਾਂ ਦੇ ਨਾਲ ਟਾਈ ਅਪ ਕਿਵੇਂ ਮੈਂ ਮੈਂ ਅਦੇ ਤੋਂ ਗਿਆ ਬਰਿੰਦਰ ਇਹਨਾਂ ਦੁਕਾਨ ਤੇ ਗਿਆ ਸੀਗਾ ਮੈਂ ਕਿਹਾ ਮੈਂ ਤਾਂ ਫੋਨ ਕਰ ਮੈਂ ਡਿਸਟ੍ਰੀਬਿਊਟਰ ਨੂੰ ਉੱਤੇ ਆ ਕੇ ਮੈਂ ਫੋਨ ਕੀਤਾ ਦੋ ਤਿੰਨ ਮੁੰਡੇ ਇਕੱਠੇ ਕਰਕੇ ਦੁਬਾਰਾ ਇੱਥੇ ਲੈ ਕੇ ਕਦੇ ਵੀ ਲੱਗਾ ਹੋਵੇ ਕਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਸਾਡੇ ਪਿੱਛੇ ਕੋਈ ਆਉਂਦਾ ਹੀ ਆਪਣੇ ਧਿਆਨ ਤੁਰੇ ਜਾਂਦੇ ਮੈਡਮ ਕਿੰਨੇ ਸਾਲਾਂ ਤੋਂ ਆ ਰਹੇ ਸਾਡੇ ਕੋਲ ਇਹ ਵੀ ਭਾਈ ਕਲੈਕਸ਼ਨ ਦਾ ਕੰਮ ਕਰਦੇ ਇਹ ਵੀ ਕਲੈਕਸ਼ਨ ਦਾ ਕੰਮ ਕਰਦੇ ਮੈਡਮ ਆ ਸਾਡੀ ਦੁਕਾਨ ਹੈ ਚੁੰਗੀ ਤੇ ਅੱਛਾ ਇਹ ਕਲੈਕਸ਼ਨ ਦਾ ਕੰਮ ਮੁੰਡੇ ਕਰਦੇ ਆ ਏਅਰਟੈਲ ਤੋਂ ਆ ਭਾਜੀ ਜੀਓ ਤੋਂ ਆ ਮਤਲਬ ਡੇਲੀ ਆਉਂਦੇ ਸਾਡੇ ਕੋਈ ਇਦਾਂ ਦੀ ਗੱਲ ਨਹੀਂ ਰੋਜ਼ ਦੁਪਹਿਰੇ ਸ਼ਾਮੀ ਆਉਂਦੇ ਕਲੈਕਸ਼ਨ ਕਰਕੇ ਲੈ ਜਾਂਦੇ ਆ ਅੱਜ ਵੀ ਰੁਟੀਨ ਵਰਕ 'ਚ ਆਇਆ ਸੀ ਮੈਂ ਤਾਂ ਹੈ ਨਹੀਂ ਮੈਂ ਕਿਤੇ ਬਾਹਰ ਸੀ ਅਤੇ ਮੇਰਾ ਜਿਹੜਾ ਮੁੰਡਾ ਕੰਮ ਕਰਦਾ ਉਹੀ ਸੀ ਸ਼ੋਪ 'ਤੇ ਅਤੇ ਉਹ ਹੀ ਆਇਆ ਇਹ ਉੱਥੋਂ ਸ਼ੋਪ ਤੋਂ ਹੋ ਕੇ ਇੱਧਰ ਆਏ ਆ ਉੱਥੋਂ ਹੀ ਮਤਲਬ ਪਤਾ ਨਹੀਂ ਕਿੱਦਾਂ ਕੋਈ ਕਿਸੇ ਨੇ ਰੇਕੀ ਕੀਤੀ ਹੈ ਇਹਨਾਂ ਦੀ ਪਿੱਛੇ ਲੱਗ ਗਏ ਆ ਹਾਂ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਜਾਂ ਤਾਂ ਹੋਵੇ ਕਿ ਕਦੀ ਡੇਲੀ ਇਹਨਾਂ ਦਾ ਪਿੱਛਾ ਕਰਦਾ ਹੋਵੇ ਜਾਂ ਤਾਂ ਤਾੜ ਰੱਖੀ ਹੋਵੇ ਉਹ ਕਹਿੰਦੇ ਕੋਈ ਸ਼ੱਕ ਹੀ ਨਹੀਂ ਕਦੀ ਨਾਲੇ ਇਹਨਾਂ ਦਾ ਕੋਈ ਫਿਕਸ ਟਾਈਮ ਥੋੜਾ ਵੀ ਇੰਨੇ ਵਜੇ ਆਉਣਾ ਕਦੀ ਦੁਪਹਿਰੇ ਆਉਂਦੇ ਕਦੀ ਸ਼ਾਮੀ ਆਉਂਦੇ ਆ ਕਿਉਂਕਿ ਹਰ ਕੋਈ ਬੰਦਾ ਜਿਹੜਾ ਆਪਦੇ ਧਿਆਨ ਜਾਂਦਾ ਉਹਨੂੰ ਨਹੀਂ ਪਤਾ ਹੁੰਦਾ ਸਾਡੇ ਪਿੱਛੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਕੀ ਪਤਾ ਉਹ ਡੇਲੀ ਇਹਨਾਂ ਨੂੰ ਦੇਖਦੇ ਹੋਣ ਵੀ ਕਿੱਥੇ ਦਾ ਕਿਹੜਾ ਲੰਘ ਆਇਆ ਕਿੱਧਰੋਂ ਲੰਘਦਾ ਵੜਦਾ ਇਹ ਤਾਂ ਹੁਣ ਉਹੀ ਜਾਣਦੇ ਜੀ ਆਪਾਂ ਇਹਦੇ ਬਾਰੇ ਕੀ ਕਰ ਸਕਦੇ ਕੋਈ ਇੱਥੇ ਸੀਸੀਟੀਵੀ ਫੁਟੇਜ ਕੋਈ ਕੈਮਰਾ ਵਗੈਰਾ ਕੋਈ ਲੱਗਿਆ ਕੈਮਰੇ ਰੋਡ ਤੇ ਲੱਗੇ ਆ ਉੱਥੇ ਸਾਡੀ ਚੌਕ ਆਪਣੀ ਦੁਕਾਨ ਤੇ ਵੀ ਲੱਗੇ ਹੋਏ ਆ ਆ ਰੋਡ ਜਿੱਧਰੋਂ ਆਏ ਇੱਧਰ ਵੀ ਲੱਗੇ ਹੋਏ ਕੈਮਰੇ ਦੋ ਤਿੰਨ ਨਹੀਂ ਇਹ ਤੇ ਇੱਧਰੋਂ ਆਏ ਉਹ ਕਿਸ ਸਾਈਡ ਤੋਂ ਆਏ ਕੁਝ ਦੱਸਿਆ ਨਾ ਪਿੱਛੇ ਹੀ ਆਏ ਕਹਿੰਦੇ ਅੱਛਾ ਫਿਰ ਉੱਥੋਂ ਤਾਂ ਪਤਾ ਲੱਗ ਹੀ ਜਾਏਗਾ ਕੈਮਰੇ ਤੋਂ ਹੋ ਚੁੱਕਾ ਮੇਰੇ ਨਾ ਮੋਟਰਸਾਈਕਲ 'ਚ ਮੋਟਰਸਾਈਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਰੀ ਆ ਅੱਛਾ ਜੀ ਇੱਥੇ ਪਿੱਛੇ ਦੀ ਗੱਲ ਆ ਇੱਥੋਂ ਮੈਂ ਆ ਰਿਹਾ ਸੀ ਦੋ ਮੁੰਡੇ ਸੀਗੇ ਮੇਰੇ ਪਿੱਛੇ ਕਲੈਕਸ਼ਨ ਦਾ ਕੰਮ ਆ ਮੇਰਾ ਵੀ ਇਹਨਾਂ ਨੇ ਨਾ ਮੇਰੇ 'ਚ ਇੱਥੇ ਆ ਕੇ ਮੋਟਰਸਾਈਕਲ ਮਾਰਿਆ ਤੇ ਮੇਰੇ ਨਾਲ ਲੜਨ ਦੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬੈਗ ਤਾਂ ਨਹੀਂ ਖੋਇਆ ਮੈਂ ਨਹੀਂ ਕਹੂੰਗਾ ਵੀ ਮੇਰੀ ਖੋਹਣ ਆਏ ਸੀਗੇ ਪਰ ਇੱਥੇ ਆ ਸ਼ਮਸ਼ਾਨ ਇੱਥੇ ਸ਼ਮਸ਼ਾਨ ਰੋਡ ਆ ਇੱਥੇ ਕੁਛ ਨਾ ਕੁਛ ਦੋ ਚਾਰ ਬੰਦੇ ਸ਼ਾਮਾਂ ਨੂੰ ਜਾਂ ਦੁਪਹਿਰਾਂ ਨੂੰ ਖੜੇ ਹੁੰਦੇ ਆ ਵੀ ਤਾਲ ਲਾਉਂਦੇ ਆ ਵੀ ਕੌਣ ਕਿੱਦਾਂ ਲੰਘਦਾ ਪਿਆ ਆਪਾਂ ਚੋਰ ਕਹਿ ਸਕਦੇ ਉਹਨਾਂ ਨੂੰ ਜਾਂ ਨਸ਼ੇੜੀ ਚੋਰ ਨਹੀਂ ਉਹ ਨਸ਼ੇੜੀ ਆਪਾਂ ਨਸ਼ੇੜੀ ਕਹਿ ਸਕਦੇ ਆ ਚੋਰ ਤਾਂ ਚਲੋ ਚੋਰ ਤਾਂ ਚੋਰੀ ਕਰਕੇ ਚੱਲ ਜਾਂਦੇ ਪਰ ਇਹਦਾ ਮਾਰਨ ਦਾ ਮਤਲਬ ਨਹੀਂ ਨਾ ਚੋਰ ਤਾਂ ਚੋਰੀ ਕਰਕੇ ਜਾਏ ਇਹਨੂੰ ਤਾਂ ਮਾਰਨ ਦੀ ਕੋਸ਼ਿਸ਼ ਦੇਖੋ ਕਿੱਦਾਂ ਮਾਰਿਆ ਉਹਦੇ ਅਗਲਾ ਰੋਣ ਡਿਆ ਵਿਚਾਰਾ ਐਕਟੀਵਾ ਚੱਕ ਕੇ ਮਾਰੀ ਉਹਦੀ ਪਹਿਲਾਂ ਨਾਕਾ ਲੱਗਦਾ ਹੁੰਦਾ ਸੀ ਇੱਥੇ ਹੁਣ ਨਹੀਂ ਲੱਗਦਾ ਨਾਕਾ ਪਹਿਲਾਂ ਨਾਕਾ ਲਗਾਉਂਦਾ ਸੀ ਨਾਲੇ ਜੇ ਨਾਕਾ ਲੱਗਦਾ ਸੀ ਦੱਸ ਜੀ ਜਿਹੜੇ ਵਿਅਕਤੀ ਦੇ ਕੋਲੋਂ ਸੋ ਦਾਦੀਏ ਜਿਹੜਾ ਸ਼ਿਵਪੁਰੀ ਦੇ ਬਾਹਰ ਸੋ ਲਾਈਵ ਤੋਂ ਲਾਈਵ ਹੋਏ ਆ ਸੋ ਇੱਥੇ ਇੱਕ ਵਿਅਕਤੀ ਦੇ ਕੋਲੋਂ ਜਿਹੜਾ 60-70 ਹਜ਼ਾਰ ਰੁਪਈਆ ਖੋ ਲਿਆ ਗਿਆ 60-70 ਹਜ਼ਾਰ ਦਾ ਕੀ ਨਾਮ ਬੰਦੇ ਦਾ ਸੋ ਉਹ ਲਾਲ ਸੀ
ਸੋ 60-70 ਹਜ਼ਾਰ ਰੁਪਈਆ ਜਿਹੜਾ ਉੱਥੋਂ ਖੋਹ ਲਿਆ ਗਿਆ। ਖੋਹ ਕੇ ਤਿੰਨ ਵਿਅਕਤੀ ਆਉਂਦੇ ਨੇ, ਸੋ ਤਿੰਨ ਵਿਅਕਤੀਆਂ ਦੇ ਆਉਣ ਤੋਂ ਬਾਅਦ ਉਹਨਾਂ ਤੋਂ ਪੈਸੇ ਵਾਲਾ ਜਿਹੜਾ ਬੈਗ ਆ ਬੈਗ ਖੋਲ੍ਹਿਆ ਜਾਂਦਾ ਹੈ। ਸੋ ਦੱਸਿਆ ਜਾ ਰਿਹਾ ਕਿ ਜਿਹੜੇ ਵਿਅਕਤੀ ਤੋਂ ਬੈਗ ਖੋਇਆ ਗਿਆ ਉਹ ਕਲੈਕਸ਼ਨ ਦਾ ਕੰਮ ਕਰਦਾ ਹੈ। ਸੋ ਕਲੈਕਸ਼ਨ ਦੇ ਕੰਮ ਕਰਨ ਦੇ ਬਾਵਜੂਦ ਜਿਹੜੇ ਜਿੰਨੇ ਵੀ ਪੈਸੇ ਉਹ ਤੋਂ ਦੁਕਾਨਾਂ ਤੋਂ ਇਕੱਠੇ ਕਰਕੇ ਲੈ ਕੇ ਆਇਆ ਸੀਗਾ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀਗਾ। ਸੋ ਰਸਤੇ ਦੇ ਵਿੱਚ ਤਿੰਨ ਵਿਅਕਤੀ ਆਉਂਦੇ, ਤਿੰਨ ਵਿਅਕਤੀਆਂ ਵੱਲੋਂ ਉਸ ਦੇ ਨਾਲ ਰੋਕ ਕੇ ਪਲੈਟੀਨਾ ਮੋਟਰਸਾਈਕਲ ਦੱਸਿਆ ਜਾ ਰਿਹਾ ਹੈ ਕਿ ਉਹਦੇ ਉੱਤੇ ਤਿੰਨ ਵਿਅਕਤੀ ਆਉਂਦੇ ਨੇ। ਸੋ ਵਿਅਕਤੀਆਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਤੇਜ਼ਦਾਰ ਉਹਨਾਂ ਦੇ ਕੋਲ ਕਰਬਾਨਾਂ, ਉਹਨਾਂ ਦੇ ਕੋਲ ਪਿਸਟਲਾਂ ਤੱਕ ਮੌਜੂਦ ਸੀਗੀਆਂ। ਸੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਉਹ ਪੈਸੇ ਖੋਏ ਗਏ ਅਤੇ ਨਾਲ ਥੱਪੜ ਵੀ ਜਿਹੜੇ ਮਾਰੇ ਗਏ ਨੇ। ਸੋ ਭਾਰਕੂ ਕੈਂਪ ਥਾਣੇ ਦੀ ਪੁਲਿਸ ਜਿਹੜੀ ਆ ਮੌਕੇ 'ਤੇ ਪਹੁੰਚ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ 'ਚ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਪੁਲਿਸ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਹੈ। ਸੋ ਜਿਹੜੇ ਵੀ ਨਜਾਇਜ਼ ਅਸਲੇ ਜਿਹੜੇ ਲੈ ਕੇ ਇੱਥੇ ਰੋਡ ਦੇ ਉੱਤੇ ਸ਼ਰੇਆਮ ਘੁੰਮ ਰਹੇ ਨੇ, ਸੋ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਨੇ, ਸੋ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਸੋ ਦੱਸਿਆ ਜਾ ਰਿਹਾ ਜਿਹੜੇ ਲੋਕ ਇੱਥੇ ਹੁਣ ਮੌਜੂਦ ਨੇ ਇਹਨਾਂ ਵਿੱਚੋਂ ਇੱਕ ਵਿਅਕਤੀ ਦੇ ਕੋਲੋਂ ਜਿਹੜੇ 60-70 ਹਜ਼ਾਰ ਰੁਪਏ ਦਾ ਕੈਸ਼ ਅਤੇ ਦੋ ਜਿਹੜੇ ਮੋਬਾਈਲ ਇਹਨਾਂ ਦੇ ਖੋਹ ਲਏ ਗਏ ਨੇ। ਸੋ ਇਹਨੂੰ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ ਅਤੇ ਉਹਨਾਂ ਦੇ ਕੋਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦੀ ਪਹਿਚਾਣ ਜਿਹੜੀ ਨਹੀਂ ਹੋ ਸਕੀ, ਸੋ ਅਣਪਛਾਤੇ ਦੱਸੇ ਜਾ ਰਹੇ ਨੇ। ਸੋ ਆਪਾਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਰਸਤੇ ਦੇ ਵਿੱਚ ਜਿਹੜੇ ਵੀ CCTV ਕੈਮਰੇ ਨੇ ਪੁਲਿਸ ਵੱਲੋਂ ਉਹ ਵੀ ਕੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਜਲਦੀ ਹੀ ਇਸ ਮਾਮਲੇ ਨੂੰ ਟਰੇਸ ਕੀਤਾ ਜਾਵੇ। ਜਿਹੜੇ ਲੁਟੇਰਿਆਂ ਨੇ ਇਹਨਾਂ 'ਤੇ ਅੰਜਾਮ ਦਿੱਤਾ, ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਸੋ ਹੋਰ ਵੀ ਜਿਹੜੀਆਂ ਉਹਨਾਂ ਦੇ ਵੱਲੋਂ ਵਾਰਦਾਤਾਂ ਦੇ ਕਰਨ ਦੀ ਕੋਸ਼ਿਸ਼ ਹੋਵੇਗੀ ਉਹਨਾਂ 'ਤੇ ਵੀ ਠੱਲ ਪਾਈ ਜਾਵੇ। ਹਾਂਜੀ ਸਰ, ਇੱਥੇ ਸਰ ਸ਼ਮਸ਼ਾਨ ਘਾਟ ਵਾਲੇ ਕੋਲ ਆ ਇਹ ਮੁੰਡਾ ਆ, ਏਅਰਟੈਲ ਕੰਪਨੀ ਦੇ ਨਾ ਕਲੈਕਸ਼ਨ ਦਾ ਕੰਮ ਕਰਦਾ ਆ। ਕਲੈਕਸ਼ਨ ਦਾ ਕੰਮ ਕਰਕੇ ਤਾਂ ਕੋਈ ਬੈਗ ਦੇ ਵਿੱਚ ਸੀਗਾ 60-70 ਹਜ਼ਾਰ ਰੁਪਇਆ ਦੱਸ ਰਿਹਾ ਕੈਸ਼, 70-80 ਹਜ਼ਾਰ ਰੁਪਈਆ ਕੈਸ਼ ਦੱਸ ਰਿਹਾ ਅਤੇ ਦੋ ਮੋਬਾਈਲ ਫੋਨ ਆ। ਇੱਧਰੋਂ ਸ਼ਮਸ਼ਾਨ ਘਾਟ ਵਾਲੀ ਸਾਈਡ ਤੋਂ ਨਾ ਦੂਜੇ ਪਾਸੇ ਤੋਂ ਘਾਹ ਮੰਡੀ ਵਾਲੇ ਤਿੰਨ ਮੋਟਰਸਾਈਕਲ 'ਤੇ ਸਵਾਰ ਆਏ ਸੀਗੇ। ਕਲੈਕਸ਼ਨ ਦਾ ਕੰਮ ਕਰਦੇ ਤਿੰਨ ਨੌਜਵਾਨ ਮੁੰਡੇ ਜਿਹੜੇ ਆ ਪਲਸਰ ਮੁਰਸਲ 'ਤੇ ਆਏ ਅਤੇ ਨੌਜਵਾਨ ਮੁੰਡੇ ਨਾਲ ਕੁੱਟਮਾਰ ਹੋਈ ਆ। ਕੁੱਟਮਾਰ ਕਰਕੇ ਉਹਨਾਂ ਨੇ ਉਹਦੇ ਕੋਲ ਜਿਹੜੇ ਆ ਬੈਗ ਖੋਲ੍ਹਿਆ, ਜਿਹਦੇ ਤੋਂ ਮੋਬਾਈਲ ਸੀ, ਕੁਛ ਕੈਸ਼ ਸੀ,
ਕੁਛ ਕੈਸ਼ ਹੀ ਬੈਗ ਦੇ ਵਿੱਚ ਜੋ ਖੋ ਕੇ ਲੈ ਗਏ ਉਹਨਾਂ ਦਾ ਜੀ ਕਿਹੜਾ ਮੋਟਰਸਾਈਕਲ ਸੀਗਾ ਉਹਨਾਂ ਦਾ ਪਲਸਰ ਮੋਟਰਸਾਈਕਲ ਕੋਈ ਨੰਬਰ ਨਹੀਂ ਨੋਟ ਹੋਇਆ ਉਹ ਪਲਟੀਨਾ ਦੱਸ ਰਹੇ ਮੋਟਰਸਾਈਕਲ ਪਲਟੀਨਾ ਮੋਟਰਸਾਈਕਲ ਪਲਸਰ ਦੱਸੇ मगर आए मौका देख के फल की दो चार मिनट गलबात करने की कोशिश की सो उन्होंने वालों कहा गया कि जड़े जिन्होंने भी लुट वारदात को अंजाम दिता है उन्होंने जल्द ही पुलिस वालों गिरफ्तार किया जाएगा। सो जिन्हें भी इतने एरिया लागे छागे लगते सीसीटीवी जोड़े वह भी खंगाले जाएंगे। सो हूँ तक लिए जुड़े रहने लिए धन्यवाद मैनू दिया इजाजत। सो इस केस के न रिलेटड कोई भी होर अपडेट सामने आएगी सो ताे साझिया करते रहेंगे।